ਸਪੀਕਰ ਸਰ, ਥੋੜ੍ਹੇ ਦਿਨ ਪਹਿਲੇ ਸੈਂਟਰ ਸਰਕਾਰ ਨੇ ਯੂਨੀਅਨ ਟੈਰੀਟਰੀ ਜੰਮੂ ਕਸ਼ਮੀਰ ਦੀ ਜਿਹੜੀਆਂ ਲੈਂਗੁਏਜਿਸ ਆਫੀਸ਼ੀਅਲ ਲੈਂਗੁਏਜ ਉਹਨਾਂ ਦੀ ਲਿਸਟ ਡਿਕਲੇਅਰ ਕੀਤੀ। ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਪੰਜਾਬੀ ਜਿਹੜੀ ਬੋਲੀ ਜਿਹੜੀ ਉਸ ਇਲਾਕੇ 'ਚ ਬਹੁਤ ਹੀ ਜਨਰੇਸ਼ਨਸ ਤੋਂ ਬੋਲੀ ਜਾਂਦੀ ਹੈ ਉਹ ਬੋਲੀ ਉੱਥੇ ਡਿਲੀਟ ਕੀਤੀ ਗਈ। ਅੱਜ ਸਾਹਮਣੇ ਆਪਣੇ ਡਾਕਟਰ ਫਾਰੂਕ ਅਬਦੁੱਲਾ ਜੀ ਬੈਠੇ ਹੈ। ਮੈਂ ਕਹਿੰਦਾ ਸਭ ਤੋਂ ਵਧੀਆ ਤਰੀਕੇ ਨਾਲ ਜੇ ਕੋਈ ਪੰਜਾਬੀ ਸੁਣਨੀ ਹੈ ਤਾਂ ਡਾਕਟਰ ਸਾਹਿਬ ਆਪ ਬੋਲ ਕੇ ਸੁਣਾ ਸਕਦੇ ਹੈ। ਓਕੇ, ਅਤੇ ਜਿਹੜੀ ਪੰਜਾਬੀ ਬੋਲੀ ਹੈ, ਓਕੇ, ਮੈਂ ਜੇ ਲਿਸਟ ਦੇਖ ਰਿਹਾ ਸੀ ਉਹਦੇ 'ਚ ਇੰਗਲਿਸ਼ ਜੋੜੀ ਗਈ ਹੈ ਪਰ ਪੰਜਾਬੀ ਨੂੰ ਕੱਢਿਆ ਗਿਆ। ਆਹ ਸਾਰਾ ਇਲਾਕਾ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਦੇ ਥੱਲੇ ਆਉਂਦਾ ਸੀ। ਅਫਗਾਨਿਸਤਾਨ ਤੋਂ ਲੈ ਕੇ ਤਿੱਬਤ ਤੋਂ ਲੈ ਕੇ ਜੰਮੂ ਕਸ਼ਮੀਰ ਪੰਜਾਬ ਆ ਸਾਰਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਥੱਲੇ ਸੀ। ਤੋ ਮੇਰੀ ਬੇਨਤੀ ਹੈ ਸੈਂਟਰ ਸਰਕਾਰ ਨੂੰ ਕਿ ਪੰਜਾਬੀ ਨੂੰ ਜ਼ਰੂਰ ਇੰਕਲੂਡ ਕੀਤਾ ਜਾਏ ਆਫੀਸ਼ੀਅਲ ਲੈਂਗੁਏਜ, ਕਿਉਂਕਿ ਆ ਪਹਿਲੇ ਵੀ ਜਦੋਂ ਜੰਮੂ ਕਸ਼ਮੀਰ ਸਟੇਟ ਸੀ ਉਦੋਂ ਵੀ ਪੰਜਾਬੀ ਲਾਗੂ ਸੀ, ਆਫੀਸ਼ੀਅਲ ਲੈਂਗੁਏਜ ਚੱਲਦੀ ਸੀ। ਡਾਕਟਰ ਫਾਰੂਕ ਅਬਦੁੱਲਾ ਜੀ ਇਸ ਗੱਲ ਦੇ ਗਵਾਹ ਹਨ। ਮੈਂ ਆਗ੍ਰਹਿ ਕਰਨਾ ਚਾਹਤਾ ਹੂੰ ਸਰਕਾਰ ਕੋ ਕਿ ਇਸ ਵਿਧੇਯਕ ਮੇਂ ਪੰਜਾਬੀ ਜ਼ਬਾਨ ਕੋ ਸ਼ਾਮਿਲ ਕੀਆ ਜਾਏ ਔਰ ਜਿਸ ਤਰ੍ਹਾਂ ਕਾ ਵਿਤਕਰਾ, ਜਿਸ ਤਰ੍ਹਾਂ ਕੀ ਡਿਸਕ੍ਰਿਮੀਨੇਸ਼ਨ ਪੰਜਾਬੀ ਜ਼ਬਾਨ ਕੇ ਸਾਥ ਕੀ ਜਾ ਰਹੀ ਹੈ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਮੇਂ, ਇਸੇ ਬੰਦ ਕੀਆ ਜਾਏ